भारत ने पाकिस्तान की नजैज कब्जे इलाके की खाली करने आखराज्यपाल मनोज सिन्हा जे केंद्रीय सरकार जम्मू कश्मीर खानाबदोश तबके तरक्की बात हर क्षेत्र च मुख सचिव डॉ अरुण कुमार मेहता हो कल मिशन यूथ की वेबसाइट ते यूथ पोर्टल जारी कि मिशन तहत नेक सकमें एक थर पंजीकरण की सुविधा हासिल होगा तिसंबा जिले च कल राती ड्रोन दिखे जाने मगरा पुलसा से अब बड़ी मती चौकसी बढ़ती रही है खबरें दी तफसील थमा पहले एक अपील राष्ट्र ने ठाडा बरे कोला मती ब्रेस्ट लुकिंग की ते 21 जून 2021 समा सरकारी केंद्र च मुफ्त कोविड-19 टीकाकरण अभियान जते है। आस युवा श्रोतांगी सलाह दन्ने जो टीका लवाई लें सड़े श्रोताए को इबी सलाह दी जी जरक्षा उपाय च कमी नहीं कर कि कोविड उन्नी का साड़ी जिंदू पर खतरा अजे भी बरोबर बने बरौबर बनेरबान करिए जेकर बाहर जाना तो जरूरी नहीं है तरें च रवो तो सखलेे उपा जारी रखो मुंह पर मास्क लाओ समाजी छिंडे गित दो गज की दूरी रखो हत्ं साफ सुथरा रखने पर मुख करी ध्यान दियो ते कोविड सव बचाला टीका लु लाओ कोविड मतलब भी जानकारी ਤੇ ਮਾਰਦਸ਼ਨ ਦਿੱਤਾ ਹੈ ਤੁਸੀਂ ਰਾਸ਼ਟਰੀ ਹੈਲਪਲਾਈਨ ਨੰਬਰ 'ਤੇ ਸੰਪਰਕ ਕਰੀ ਸਕਦੇ ਹੋ ਨੰਬਰ ਹਨ 011 23978046 ਤੇ 1075 ਖਬਰਾਂ ਦੀ ਤਫਸੀਲ ਕਰਨੇ ਨਰੇਸ਼ ਸ਼ਰਮਾ ਭਾਰਤ ਨੇ ਪਾਕਿਸਤਾਨ ਕੀ ਨਜਾਇਜ਼ ਕਬਜ਼ੇ ਵਾਲੇ ਸਬੈ ਭਾਰਤੀ ਇਲਾਕੇ ਖਾਲੀ ਕਰਨ ਲਈ ਆਖਿਆ ਹੈ ਕੱਲ ਨਵੀਂ ਦਿੱਲੀ ਚ ਪੱਤਰਕਾਰਾਂ ਦੇ ਇੱਕ ਸਵਾਲ ਦੇ ਪਰਤੇ ਚ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਅਰਿੰਦਮ ਬਾਗਚੀ ਅਤੇ ਆਖਰជា ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲੇ ਭਾਰਤੀ ਖੇਤਰ 'ਚ ਕੱਥੇ ਤੇ ਚੋਨਾਹ ਛੜਾ ਨਜਾਇਜ਼ ਕਬਜ਼ੇ ਤੇ ਇਨ ਖੇਤਰਾਂ 'ਚ ਕੀਤੇ ਜਾ ਕਰਦੇ ਫੇਰ ਬਦਲ ਗਈ ਸ਼ਿਪੈਲਨ ਦਾ ਪਾਕਿਸਤਾਨ ਦਾ ਯਤਨ ਹੈ ਉਹਨੇ ਗਲਾਇਆ ਜੇ ਭਾਰਤ ਨੇ ਪਾਕਿਸਤਾਨ ਦੀ ਇਸ ਕੋਸ਼ਿਸ਼ ਉਪਰ ਸਖਤ ਵਿਰੋਧ ਦਰਜ ਕਰਾਇਆ ਹੈ ਤੇ ਮਕਾਮੀ ਲੋਕਾਂ ਵੀ ਇਸੇ ਨਕਾਰ ਦੇ ਹੋਏ ਵਿਰੋਧ ਪ੍ਰਦਰਸ਼ਨ ਕੀਤੇ ਹਨ ਉਹਨੇ ਗਲਾਇਆ ਜੇ ਇਸ ਚਾਲੀ ਦੀ ਕਾਰਵਾਈ ਕਰਨ ਨਾਲ ਪਾਕਿਸਤਾਨ ਨਾਤੇ ਨਾਜਾਇਜ਼ ਕਬਜ਼ੇ ਕੀ ਛਪੈ ਲਈ ਸਕਦਾ ਹੈ ਤੇ ਨਾ ਕਿ ਇਹਨੇ ਇਲਾਕਿਆਂ ਚ ਮਾਨਵ ਅਧਿਕਾਰਾਂ ਦੇ ਖਿਲਾਫ ਵਰਜੀ ਸ਼ੋਸ਼ਣ ਤੇ ਲੋਕਾਂ ਦੇ ਦਮਨ ਤੋਂ ਇਨਕਾਰ ਕਰੀ ਸਕਦਾ ਹੈ ਉਨੇ ਗਲਾਇਆ ਜੇ ਇਹਨੇ ਭਾਰਤੀ ਇਲਾਕਿਆਂ ਪਰ ਪਾਕਿਸਤਾਨ ਦਾ ਕੋਈ ਅਧਿਕਾਰ ਨਹੀਂ ਹੈ ਭਾਰਤ ਨੇ ਚੀਨ ਤੇ ਪਾਕਿਸਤਾਨ ਵਿਚਕਾਰ ਸਾਮਰੀਕ ਗੱਲਬਾਤ ਦੇ ਤਰੀਏ ਗੇੜਮਗਰਾ ਜਾਰੀ ਕੀਤੇ ਗਦੇ ਸਾਂਝੇ ਬਿਆਨਾਂ ਚ ਜੰਮੂ ਕਸ਼ਮੀਰ ਤੇ ਜ਼ਿਕਰ ਉਪਰ ਵੀ ਸਖਤ ਇਤਰਾਜ਼ ਪਟਾਇਆ ਹੈ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਅਰਿੰਦਮ ਬਾਗਤੀ ਹੋਰ ਇਹ ਆਖਿਆ ਜੇ ਜੰਮੂ ਕਸ਼ਮੀਰ ਤੇ ਲਦਾਖ ਭਾਰਤ ਦੇ ਅਨਤਰੁਟ ਇਸਾਰੇਨ ਤੇ ਅਗੂਆਂ ਵੀ ਰਹਾਉਣ ਸਾਬਕਾ ਐਮਐਲਸੀ ਚੌਧਰੀ ਵਿਕਰਮ ਰੰਧਾਵਾ ਤੇ ਸੁਰਿੰਦਰ ਚੌਧਰੀ ਤੇ ਗੁਰਜਰ ਦੇਸ਼ ਚੈਰੀਟੇਬਲ ਟਰਸਟ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਕੱਲ ਰਾਜਪਬਵਨ ਜੰਮੂ ਚ ਉਪ ਰਾਜਪਾਲ ਮਨੋਜ ਸਿਨਾਹੋਂ ਦੇ ਕਨ ਮਲਾਟੀ ਕੀਤੀ ਚੌਧਰੀ ਵਿਕਰਮ ਰੰਧਾਵਾ ਹੋਰੇ ਉਪ ਰਾਜਪਾਲ ਹੋਂ ਦੇ ਕਨ ਨਿੱਕੇ ਖਣਜੇਂ ਦੇ ਪਾਇ ਬਾਹਰ ਚਰਚਾ ਕੀਤੀ ਉਹਨੇ ਲੋਕੇ ਦੇ ਫਾਇਦੇ ਆਸਤੇ ਇਹਨੇ ਖਣਜੇਂ ਦੇ ਪਾ ਘਟ ਕਰਨੇ ਬਾਰੇ ਕਿਛੇ ਸੁਝਾਅ ਵੀ ਪੇਸ਼ ਕੀਤੇ ਇਆਂ ਗੱਲ ਸੁਰਿੰਦਰ ਚੌਧਰੀ ਹੋਰੇ ਉਪ ਰਾਜਪਾਲ ਹੋਰੇਗੇ ਬਨਿਆਲੇ ਇਲਾਕੇ ਦੇ ਵਸਨੀਕ ਤੇ ਪਹਾੜੀ ਸਮੁਦਾਏ ਦੇ ਲੋਕੇ ਦੇ ਬਖ ਬਖ ਮੁੱਦੇ ਬਾਰੇ ਅਵਗਤ ਕਰਾਇਆ ਉਪ ਰਾਜਪਾਲ ਹੋਰੇ ਸਾਬਕਾ ਵਿਧਾਇਕ ਹੈਗੇ ਹੋਂ ਦੇ ਆਸਾ ਪੁਟੇਕੇ ਦੇ ਮਸਲੇ ਪਰ ਮناسب ਕਾਰਵਾਈ ਦਾ ਪ੍ਰੋਪਾ ਦੋਆ ਗੋਰਜਰ ਦੇਸ਼ ਚੈਰੀਟੇਬਲ ਟਰਸਟ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਇਹਦੇ ਅਧਿਐਖ ਸ਼ਾ ਮੁਹੰਮਦ ਚੌਧਰੀ ਹੁੰਦੀ ਅਗਵਾਈ ਚ ਉਪਰ ਰਾਜਪਾਲ ਹੁੰਦੇ ਕਨ ਮਲਾਟੀ ਕੀਤੀ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਖਾਨਾ ਬਦੋਸ਼ ਤਤਕਿੰਗੀ ਪੇਸ਼ ਬਖ ਬਖ ਮਸਲੇ ਬਾਰੇ ਚਰਚਾ ਕੀਤੀ ਇਹਨੇ ਮਸਲੇ ਚ ਜੰਗਲਾਤ ਅਧਿਕਾਰ ਕਾਨੂੰਨ ਗੇ ਪੂਰੀ ਚਾਲੀ ਲਾਗੂ ਕਰਨਾ ਸਭਨੇ ਜ਼ਿਲ੍ਹੇ ਚ ਕਬੀਲਾ ਹੋਸਟਲ ਬਣਾਣਾ ਕਬੀਲਾ ਖੇਡਣਗੇ ਬੜਾਵਾ ਦੇਣਾ ਗਸ਼ਟੀਏ ਸਕੂਲ ਮਜ਼ਬੂਤ ਕਰਨਾ ਤੇ ਖਾਣਾ ਬਦੋਸ਼ ਲੋਕਾਂ ਦੀ ਰਮੈਸਰ ਆਵਾਜ਼ਾਈ ਦੇ ਮਸਲੇ ਸ਼ਾਮਲ ਹੈ ਉਪਰ ਰਾਜਪਾਲ ਹੋਰੇ ਉਨ੍ਹਾਂ ਦੀ ਪ੍ਰੋਸਾ ਦੁਆਇਆ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਖਾਣਾ ਬਦੋਸ਼ ਤੱਕ ਦੇ ਵਿਕਾਸ ਵੱਧ ਲਈ ਲਗਾਤਾਰ ਕੰਮ ਕਰ ਰਹੀ ਹੈ ਉਹਨੇ ਆਖਿਆ ਜੇ ਉਹਦੇ ਸੁਝਾਏ ਪਰ ਮੁਤਲਕਾ ਅਧਿਕਾਰੀਆਂ ਪਾਸਾ ਮناسب ਗੌਰ ਕੀਤਾ ਜਾਗ ਮੁੱਖ ਸਕੱਤਰ ਡਾਕਟਰ ਆਰਣ ਕੁਮਾਰ ਮਹਿਤਾ ਹੋ ਰਹੇ ਕੱਲ ਮਿਸ਼ਨ ਜੋਤ ਦੀ ਵੈਬਸਾਈਟ ਤੇ ਯੂਥ ਪੋਰਟਲ ਦਾ ਉਦਘਾਟਨ ਕੀਤਾ। ਇਹਦੇ ਤਹਿਤ ਮਿਸ਼ਨ ਦੀਆਂ ਨੇਕਾਂ ਸਕੀਮਾਂ ਤਾਈ ਇੱਕਿਆਥਾਰ ਪंजीकरण ਦੀ ਸਹੂਲਤ ਹਾਸਲ ਹੋਗ। ਇਸ ਮੌਕੇ ਪਰ ਬੋਲਦੇ ਡਾਕਟਰ ਮਹਿਤਾ ਹੋਰੇ ਦੱਸਿਆ ਜੀ ਸਰਕਾਰੀ ਮਦਦ ਮਦਦ ਦੇ ਇਛੂਕ ਬਖ ਬਖ ਖੇਤਿਆਂ ਦੇ ਨੌਜਵਾਨਾਂ ਨੂੰ ਕਿੱਠੇ ਕਰਨੇ ਇਸ ਯੂਥ ਪੋਰਟਲ ਕੰਨਾ ਸਹਾਇਤਾ ਹੋਗ। ਉਹਨੇ ਦੱਸਿਆ ਜੀ ਇਹਦੇ ਕੰਨਾ ਸਰਕਾਰ ਤੇ ਯੁਵਾਏ ਬਿਸ਼ਕਾਰ ਸਿੱਧਾ ਰਾਬਤਾ ਕਾਇਮ ਹੋਈ ਸਕਕ। ਮੁੱਖ ਸਕੱਤਰ ਨੇ ਨੌਜਵਾਨਾਂ ਨੂੰ ਮਿਸ਼ਨ ਜੋਤ ਤਹਿਤ ਕौशल ਵਿਕਾਸ ਤੇ ਰੋਜ਼ਗਾਰ ਸਰਵੰਦੇ ਬਖ ਬਖ ਗਤੀਵਿਧੀਆਂ ਚ ਬਦੀ ਚੜੀਆ ਇਸ ਲੈਣੇ ਦੀ اپیل ਕੀਤੀ ਹੈ ਉਹਨੇ ਆਖੇ ਜੇ ਇਹਦਾ مقصد ਇਹ ਗੱਲ ਯਕੀਨੀ ਬਣਾਣਾ ਹੈ ਜੇ ਕੋਈ ਵੀ ਯੁਵਾ ਪਿੱਛਾ ਨਹੀਂ ਰਵੇ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਕੁਵਿੰਦਰ ਗੁਪਤਾ ਹੋ ਰਹੇ ਵਿਜਨ ਕੁਸੈਪੀ ਇਤਪਾਉ ਦੇ ਚਵੱਖੇ ਵਿਕਾਸ ਬਾਰੇ ਭਾਰਤੀ ਜਨਤਾ ਪਾਰਟੀ ਦੀ ਵਚਨਬੱਧਤਾ ਫਿਰ ਪੱਕੀ ਕੀਤੀ ਹੈ ਇਹ ਗੱਲ ਉਹਨੇ ਕੱਲ ਜੰਮੂ ਚ ਬਾਲਮਿਕੀ ਸਮਾਜ ਦੇ ਨੇਤਾ ਕਨ ਮਲਾਟੀ ਕਰਨੇ ਮਗਰਾਖੀ ਉਹਨੇ ਆਖਿਆ ਜੇ ਬਾਜਪਾ ਨੇ ਉਹਨੇ ਲੋਕਾਂਗੇ ਵੀ ਅਧਿਕਾਰ ਮਈਆ ਕਰਾਉਣ ਜਿਨਾਂ ਨੇ ਪਿਛਲੇ ਕਈ ਬਰੇ ਥਮਾ ਬੁਨਿਆਦੀ ਅਧਿਕਾਰਾਂ ਥਮਾ ਬੰਚਿਤ ਰੱਖਿਆ ਗਿਆ ਦਾ ਵਿਪਖਸ਼ੀ ਦਲੇ ਪਾਸਿਆ ਜਾਜਪਾਦ ਦੀ ਸਿਆਸਤ ਕਰਨ ਦੇ ਖਤਰਨਾਕ ਰੌਂ ਪਰ ਚਿੰਤਾ ਪ੍ਰਗਟ ਕਰਦੇ ਹੋਈ ਸਾਬਕਾ ਉਪ ਮੁੱਖ ਮੰਤਰੀ ਹੋਰੇ ਲੋਕਾਂ ਦੇ ਫੁੱਟ ਪਾਉਣ ਵਾਲੇ ਨਏ ਤਤਵ ਸਮਾ ਮਤੇ ਸੌਗੇ ਰਹਿਣੇ ਦਾ ਆਹਵਾਨ ਕੀਤਾ ਜਿਹੜੇ ਦਿਨ ਰਾਤ ਭੁੱਲੇ ਭਲੇ ਲੋਕਾਂ ਦਾ ਸ਼ੋਸ਼ਣ ਕਰਨ ਤੇ ਆਪਣੇ ਸਿਆਸੀ ਇਤਸਾਦਨੇਸਾ ਸਮਾਜਾ ਚ ਫੁੱਟ ਪਾਉਣ ਦਾ ਕੰਮ ਕਰਾ ਕਰਦੇ ਹਨ ਉਹਨੇ ਆਖਿਆ ਜੇ ਫੁੱਟ ਪਾਉਣ ਵਾਲੇ এজੰਡੇ ਪਰ ਕੰਮ ਕਰਨ ਵਾਲੇ ਤਤਵੇਨਾ ਅੱਜ ਦੇ ਸਮੇਂ ਚ ਮੁਕਾਬਲਾ ਕਰਨ ਦੀ ਸਖਤ ਲੋੜ ਹੈ ਜੰਮੂ ਕਸ਼ਮੀਰ ਤੇ ਲਦਾਖ ਚ ਬਦਲ ਫਟਣ ਦੀ ਸੋਚਣਾ ਹੈ ਪਰ ਤੁਰਤ ਕਾਰਵਾਈ ਕਰਦੇ ਹੋਏ ਜੰਮੂ ਕਸ਼ਮੀਰ ਕਾਨੂੰਨੀ ਸੇਵਾ ਅਪਰਾਧਿਕਰਣ ਦੇ ਕਾਰਜਕਾਰੀ ਅਧਿਐਕਸ਼ ਜਸਟਿਸ ਅਲੀ ਮਮਦ ਮਾਗਰੇ ਤੇ ਲਦਾਖ ਕਾਨੂੰਨੀ ਸੇਵਾ ਅਪਰਾਧਿਕਰਣ ਦੇ ਕਾਰਜਕਾਰੀ ਅਧਿਐਕਸ਼ ਜਸਟਿਸ ਦੇਰੇਜ ਸਿੰਘ ਠਾਕੁਰ ਹੋ ਰਹੇ ਹਨ ਕਿਸ਼ਤਵਾਰ ਵਾਂਡੀਪੁਰਾ ਤੇ ਕਰਗਲਾਸ ਪ੍ਰਾਧਿਕ ਕਰਨ ਦੇ ਸਮੂਹੇ ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਹਨ ਇਹ ਗਰੁੱਪ ਸਰਕਾਰ ਤੇ ਸਵੈ ਸੇਵੀ ਸੰਗਠਨਾਂ ਪਾਸੋਂ ਫੌਰੀ ਤੌਰ 'ਤੇ ਰਾਹਤ ਪਹੁੰਚਾਉਣ ਦਾ ਕੰਮ ਯਕੀਨੀ ਬਣਾਉਣ ਤੇ ਬਖ ਬਖ ਵਿਭਾਗਾਂ ਕੰਨਾਂ ਤਾਲਮੇਲ ਬਣਾਈ ਹੈ ਪੀੜਤਾਂ ਦੀ ਮਦਦ ਮਦਦ ਕਰੀਆਂ ਇਹਦੇ ਇਲਾਵਾ ਇਹ ਗਰੁੱਪ ਪੀੜਿਤ ਪਰਿਵਾਰਾਂ ਗੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣੇ ਤੇ ਉਹਦੇ ਖਾਣੇ ਪੀਣੇ ਦਾ ਰਹਣੇ ਤੇ ਇਲਾਜ ਮੌਲਜੇ ਦਾ ਵੀ ਬੰਦੋਬਸਤ ਕਰੀਆਂ ਇਹ ਖਬਰਾਂ ਤੋਂ ਉਸ ਆਕਾਸ਼ਬਾਨੀ ਜੰਮੂ-ਕਸ਼ਮੀਰ ਸੁਣਾ ਕਰਦੇ ਹੋ। ਬਾਕੀ ਦੀਆਂ ਖਬਰਾਂ ਕਨ ਸ਼ਰੂਤੀ ਖਿਉਰੀਆ। ਸੰਭਾਜ਼ ਜ਼ਿਲ੍ਹੇ ਚ ਕੱਲ ਰਾਤ ਤੀਤਰ ਬਖ-ਬਖ ਥਾਰੇ। ਸਪਰਤੀਏ ਡਰੋਨ ਦਿਖੇ ਗਏ। ਇੱਥਾਂ ਇੱਕ ਪਰ ਬੀਐਸਰ ਦੇ ਜਵਾਨੇ ਗੋਲੀ ਚਲਾਈ। ਸਾਡੇ ਜ਼ਿਲ੍ਹਾ ਸੰਵਾਦਾਤਰ ਸਤਪਲ ਸ਼ਰਮਣ ਨੇ ਦੱਸਿਆ ਹੈ ਜੇ ਇੱਕ ਡਰੋਨ ਚੱਲਿਆ ਰਹੀ ਕੋਲਪੁਰ ਤੇ ਬੜੀ ਬਰਾਮਣਾ ਦੇ ਇਲਾਕੇ ਚ ਦਿਖੇ ਗਏ। ਸੁਰੱਖਿਆ ਸੂਤਰਾਂ ਤੇ ਸਥਾਨੀ ਲੋਕਾਂ ਦੇ ਅਵਾਹਲੇਸ਼ਾ ਹੋਈ ਦੀ ਖਬਰیں ਮੂਜ ਜੰਦੀ ਤਰਕਾਲੇਂ ਕਰੀਬ 8:30 ਵਜੇ ਕੰਨੇ ਜ਼ਿਲ੍ਹੇ ਦੇ ਬੰਨੇ ਵਾਲੇ ਗ੍ਰਾਮ ਮਵਾਕਸ਼ ਇੱਕ ਡਰੋਨ ਜਿਆ ਦਿਖਿਆ ਗਿਆ ਜਿਹੜਾ ਕਿਸੇ ਚਿਰ ਰੁਕਨੇ ਪ੍ਰੰਤ ਸੀਮਾ ਚੌਕੀ ਚਿਲੇਹਾੜੀ ਤੇ ਮੰਗੂ ਚੱਕ ਬਿਸ਼ਕਾਰੇ ਹੋਂਦਾ ਹੋਈ ਪਾਕਿਸਤਾਨ ਦੇ ਭੋਪਾਲਪੁਰ ਪੋਸਟ ਬਖੀ ਪਰਤੋਈ ਗਿਆ ਤੋਹੀਂ ਜ਼ਿਲ੍ਹੇ ਦੇ ਬੜੀ ਬ੍ਰਾਹਮਣਾ ਕਸ਼ ਵੀ ਗਾਸੇਪਰ ਡਰੋਨ ਜਿਆ ਦਿਖਿਆ ਗਿਆ ਸੁਰੱਖਿਆ ਸੂਤਰਾਂ ਦੀ ਮੰਨਚਾ ਤਾਂ ਪਾਕਿਸਤਾਨ ਇਨੇ ਦਿਨੇ ਗੁਸਪੈਠੀਆਂ ਦੀ ਜਗਾ ਡਰੋਨ ਰਾਹੀਂ ਆਪਣੇ ਮਨਸੂਬੇ ਕਾਮਯਾਬ ਕਰਨ ਦੀ ਕੋਸ਼ਿਸ਼ ਕਰਿਆ ਕਰਦਾ ਹੈ ਜਿਸ ਦਾ ਪਰਤਾ ਸਾੜੀ ਬ राजौरी के डिप्टी कमिश्नर राकेश कुमार शगन हो रहे। जिले चे च हाड़ भारी बरखें करी हो नुकसान का जायजा ला बमें अधिकारियों ने डिप्टी कमीशनर हो प्रभावित निखा इलाके का दौरा लाया इलाके च राजौरी का मुख्य शहर बेला सर्कुलर रोड नबन वर्कशॉप पुल पीर कंगू पीर पंच पीर इलाके शामिल उन्हें मुकामी लोगों कलबिती ते सार्वजनिक सुविधाए रईबाई की जमीन होए दे नुकसान गी दिखे डिप्टी कमीशनर गी सार्वजनिक सुविधाएं तुरंत बहाली रईबई के क्षेत्र होए दे नुकसान की तफसी रिपोर्ट तैयार करने के निर्देश दिते उ दिन च हो बरखा पौने की भविखवाणी करी सतर्क रौने दी भी अपील कीती जम्मू कश्मीर च कल कोरोना वायरस के एक सौ कास्सी नये मामले सामने 67 जताठ जम् खे हे एक 114 कश्मीर घाटी इन रलाइए कुल मामले तो बाक बाक की गिनरी त्रै लाख इक्स हजार दो सौ सत्त हो गई कल एक सौ पचहत्तर मरीजों के ठीक हो जाने परैत बस्पतालों छुट्टी दे दी गई इन चा छियाठ जमू खिते ते एक सौ नौ कश्मीर खिते तो जम्मू कश्मीर पंताली बरे ऊपरली बरेस की नड़वे षरिया त्रै नौ प्रतिशत आबादी की टीका लाई दल कश्मीर च म्यूक्रोमाइकोसि का कोई नम मामला सामने नहीं आया इस करी इस वायरस के पैंती मामले अजें तक ਜੰਮੂ ਮ्युनਿਸਪਲ ਕਾਰਪੋਰੇਸ਼ਨ ਨੇ ਕੱਲ ਜੰਮੂ ਦੇ ਜੀਵਨ ਨਗਰ ਇਲਾਕੇ 'ਚ ਨਜਾਇਜ਼ ਕਬਜ਼ਾ ਤਾਣ ਦੀ ਮੁਹਿੰਮ ਚਲਾਈ ਤੇ ਨਾਲੇ 'ਤੇ ਬਣਾਏ ਗਏ ਦੇ ਨਜਾਇਜ਼ ਟਾਂਚੇ ਗੀ ਹਟਾਈ ਦਿੱਤਾ। ਇਹ અભિયાન ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਇਆ ਗਿਆ। ਟਾਂਚੇ ਕਰੀ ਨਾਲੇ ਦੇ ਪਾਣੀ ਦੀ ਡਕਾ ਲੱਗੀ ਗੇ ਰਹਾ ਤੇ ਬਰਖਾ ਦਾ ਪਾਣੀ ਲੋਕਾਂ ਦੇ ਘਰਾਂ 'ਚ ਜਾਂਦਾ। ਮ्युनਿਸਪਲ ਕਾਰਪੋਰੇਸ਼ਨ ਦੇ ਪ੍ਰਵਕਤਾ ਨੇ ਆਖਿਆ ਜੇ ਕਾਰਪੋਰੇਸ਼ਨ ਨੇ ਸਭਨੇ ਨਜਾਇਜ਼ ਟਾਂਚੇ ਦੇ ਖਿਲਾਫ ਹੈ ਤੇ ਜਿਹੜੇ ਨਾਲੇ ਦੇ ਪਾਣੀ ਦੀ ਡਕਾ ਲਾਉਂਦੇ ਨੇ। जिला कानूनी सेवा प्राधिकरण का रियासी पास ग्यारह सितंबर की राष्ट्रीय लोक अदालत का सिस्ता है अपने मामले का सालसी राय नबेड़ा करवाने के सबे इच्छुक लोगों आखिया गया है जो मुतलका अदालतें राबता करें ਜਮੂ ਸ਼ਨਗਰ ਰਾਸ਼ਟਰੀ ਜਰਨਲਿਸਟ ਕਗੀ ਚਾਰ ਲੇਨ ala ਬਣਾਨੇ ਦੇ ਕਿਸੇ ਤੌਰ ਪਰ ਰਾਮਬੰਦੇ ਫਲਾਈਓਵਰ ਦੇ ਨਿਰਮਾਨ ਕੰਮੇ ਕੀ ਦਿਖ ਦਿਈ ਮਹਿਤਰਾ ਸੜਕੇ ਪਰ ਬੈਲੀ ਪੁਲ ਥਮਾ ਮਸਜਿਦ ਮਾਰਕੀਟ ਤੋੜੀ ਅੱਜ ਬੜਲੇ 10 ਵਜੇ ਥਮਾ 1 ਵਜੇ ਤੱਕ ਅ ਗੱਡੀਆਂ ਦੀ ਆਉ ਜਾਈ ਬੰਦ ਰੋਗ ਸੁੰਦਰਬਨੀ ਦੇ पतारा ग्रां च कल बूटे पौधे लाने का अभियान चलाया गया सुंदरबनी सुन्दरबनी रेंज अफसर राकेश वर्मा और इस मौके पर इस अभियान बारे जानकारी दी ग्रां के लोगों अभियान का बड़े पैमाने पर स्वागत कि जिस बड़ी मा गिरी फलें जड़ी बूटिये ते चारे आटे लाए गए लोगों घा तलें भी ते भी बूटे भी तकसम कि अलावा बंदराई ग्रांच इस चाली कार्यक्रम लाया गया ਅਕੀਰਚੇ ਖਾਸ ਖਾਸ ਖਬਰਾਂ ਇੱਕ ਪਰਿਪਰਤੀ ਹੈ ਭਾਰਤ ਨੇ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲੇ ਭਾਰਤੀ ਇਲਾਕਿਆਂ ਨੂੰ ਖਾਲੀ ਕਰਨ ਲਈ ਆਖਿਆ ਹੈ ਉਪਰ ਅਜਪਾਲ ਮਨੋਜ ਸਿਨਾ ਉਹ ਰਿਹਾ ਕਿ ਆ ਜੇ ਕੇਂਦਰੀ ਸਰਕਾਰ ਜੰਮੂ ਕਸ਼ਮੀਰ ਚ ਖਾਨਾ ਬਦੋਸ਼ ਤਬ ਕਹਿੰਦੇ ਇਹ ਤਰੱਕੀ ਵੱਧਿਆ ਹਸਤਾ ਹੈ ਆਰਖੇ ਖੇਤਰ ਚ ਕੰਮ ਕਰ ਕਰਦੀ ਹੈ ਮੁੱਖ ਸਚੇਵੇਂ ਡਾਕਟਰ ਅਰਣ ਕੁਮਾਰ ਮਹਿਤਾ ਹੋ ਰਹੇ ਕੱਲ ਮਿਸ਼ਨ ਯੂਥ ਦੀ ਵੈਬਸਾਈਟ ਤੇ ਯੂਥ ਪੋਰਟਲ ਜਾਰੀ ਕੀਤੀ ਇਹ ਦੇ ਕੰਨਾ ਮਿਸ਼ਨ ਦੀਆਂ ਨੇਕਾਂ ਸਕੀਮੇ ਆਸਤਾ 18 ਪੰਜੀਕਰਨ ਦੀ ਸੁਵਿਧਾ ਹਸਲ ਹੋਗ ਤੇ ਸੰਭਾ ਜ਼ਿਲ੍ਹੇ ਚ ਕੱਲ ਰਾਤੀ ਡਰੋਨ ਦਿਖੇ ਜਾਣੇ ਮਗਰਾ ਪੁਲਿਸ ਹਾਸ ਬੜੀ ਮਤੀ ਚੌਕਸੀ ਵਰਤੀ ਜਾ ਕਰਦੀ ਹੈ ਇਹ ਦੇ ਕੰਨਾ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ